ਆ ਚੰਡੀਗੜ੍ਹ ਦੀਆਂ ਵੋਟਾਂ ਕਿਵੇਂ ਗਿਣੀਆਂ ਸੀ ਦੇਖੇ ਸੀ ਤੁਸੀਂ? 36 ਵੋਟਾਂ ਗਿਣਨੀਆਂ, ਕਿਵੇਂ ਗਿਣਦਾ ਸੀ ਉਹ? ਜਦੋਂ ਸੁਪਰੀਮ ਕੋਰਟ ਨੇ ਬੁਲਾ ਲਿਆ ਚੰਦਰਚੂੜ ਨੇ, ਕਹਿੰਦੇ ਜਦੋਂ ਟਿੱਕ ਮਾਰਕ ਲਾਉਂਦਾ ਸੀ ਇੱਧਰ ਕੋ ਦੇਖਦਾ ਸੀ? ਉਹ ਕਹਿੰਦਾ ਜੀ ਬਸ ਕਹਿੰਦਾ ਕੈਮਰੇ ਲੱਗੇ ਹੋਏ ਸੀ। ਕਹਿੰਦੇ ਉਹਨੂੰ ਪਤਾ ਲੱਗੇ ਹੋਏ ਸੀ ਤੇ ਫਿਰ ਟਿੱਕ ਮਾਰ ਕਿਉਂ ਕਰਦਾ ਸੀ? ਕਹਿੰਦਾ ਜੀ ਮੈਂ ਤਾਂ ਕਰਦਾ ਸੀ, ਕਹਿੰਦਾ ਵੀ ਉਹ ਖਰਾਬ ਵੋਟਾਂ ਸੀ, ਉਹ ਟਿੱਕ ਮਾਰ ਕਰਕੇ ਮੈਂ ਕਰਦਾ ਸੀ ਵੀ ਕਿਤੇ ਸਹੀ ਵੋਟਾਂ 'ਚ ਨਾ ਗਿਣੀਆਂ ਜਾਣ। ਕਹਿੰਦਾ ਲਿਆ ਵੋਟਾਂ ਲਗਾਏ, ਚੀਫ ਜਸਟਿਸ ਸਾਹਿਬ ਕਹਿੰਦੇ ਦੱਸ ਇਹ 'ਚੋਂ ਕਿਹੜੀ ਖਰਾਬ ਹੈ, ਤੂੰ ਝੂਠ ਬੋਲੇ ਮੇਰੇ ਮੂਹਰੇ ਵੀ ਹੋਣੀ ਅਜੇ ਅੱਧਾ ਘੰਟਾ ਪਹਿਲਾਂ ਹੀ। ਨਾਲੇ ਤਾਂ ਉਹਨਾਂ ਨੇ ਵੋਟਾਂ ਉਹ ਵੈਲਿਡ ਕਰਤੀਆਂ ਤੇ ਨਾਲੇ ਪਹਿਲੀ ਵਾਰ ਹਿਸਟਰੀ 'ਚ ਹੋਇਆ ਕਿ ਸੁਪਰੀਮ ਕੋਰਟ ਨੇ ਚੰਡੀਗੜ੍ਹ ਦਾ ਮੇਅਰ ਆਮ ਆਦਮੀ ਪਾਰਟੀ ਦਾ ਡਿਕਲੇਅਰ ਕਰਤਾ ਗਿਆ ਉਹਨਾਂ ਨੂੰ। ਚੰਡੀਗੜ੍ਹ ਦੀਆਂ ਵੋਟਾਂ ਕਿਵੇਂ ਗਿਣੀਆਂ ਸੀ ਦੇਖੇ ਸੀ ਤੁਸੀਂ? 36 ਵੋਟਾਂ ਗਿਣਨੀਆਂ, ਕਿਵੇਂ ਗਿਣਦਾ ਸੀ ਉਹ? ਜਦੋਂ ਸੁਪਰੀਮ ਕੋਰਟ ਨੇ ਬੁਲਾ ਲਿਆ ਚੰਦਰਚੂੜ ਨੇ, ਕਹਿੰਦੇ ਜਦੋਂ ਟਿੱਕ ਮਾਰਕ ਲਾਉਂਦਾ ਸੀ ਇੱਧਰ ਕੋ ਦੇਖਦਾ ਸੀ? ਉਹ ਕਹਿੰਦਾ ਜੀ ਬਸ ਕਹਿੰਦਾ ਕੈਮਰੇ ਲੱਗੇ ਹੋਏ ਸੀ। ਕਹਿੰਦੇ ਉਹਨੂੰ ਪਤਾ ਲੱਗੇ ਹੋਏ ਸੀ ਤੇ ਫਿਰ ਟਿੱਕ ਮਾਰ ਕਿਉਂ ਕਰਦਾ ਸੀ? ਕਹਿੰਦਾ ਜੀ ਮੈਂ ਤਾਂ ਕਰਦਾ ਸੀ, ਕਹਿੰਦਾ ਵੀ ਉਹ ਖਰਾਬ ਵੋਟਾਂ ਸੀ, ਉਹ ਟਿੱਕ ਮਾਰ ਕਰਕੇ ਮੈਂ ਕਰਦਾ ਸੀ ਵੀ ਕਿਤੇ ਸਹੀ ਵੋਟਾਂ 'ਚ ਨਾ ਗਿਣੀਆਂ ਜਾਣ। ਕਹਿੰਦਾ ਲਿਆ ਵੋਟਾਂ ਲਗਾਏ, ਚੀਫ ਜਸਟਿਸ ਸਾਹਿਬ ਕਹਿੰਦੇ ਦੱਸ ਇਹ 'ਚੋਂ ਕਿਹੜੀ ਖਰਾਬ ਹੈ, ਤੂੰ ਝੂਠ ਬੋਲੇ ਮੇਰੇ ਮੂਹਰੇ ਵੀ ਹੋਣੀ ਅਜੇ ਅੱਧਾ ਘੰਟਾ ਪਹਿਲਾਂ ਹੀ। ਨਾਲੇ ਤਾਂ ਉਹਨਾਂ ਨੇ ਵੋਟਾਂ ਉਹ ਵੈਲਿਡ ਕਰਤੀਆਂ ਤੇ ਨਾਲੇ ਪਹਿਲੀ ਵਾਰ ਹਿਸਟਰੀ 'ਚ ਹੋਇਆ ਕਿ ਸੁਪਰੀਮ ਕੋਰਟ ਨੇ ਚੰਡੀਗੜ੍ਹ ਦਾ ਮੇਅਰ ਆਮ ਆਦਮੀ ਪਾਰਟੀ ਦਾ ਡਿਕਲੇਅਰ ਕਰਤਾ ਗਿਆ ਉਹਨਾਂ ਨੂੰ। ਚੰਡੀਗੜ੍ਹ ਦੀਆਂ ਵੋਟਾਂ ਕਿਵੇਂ ਗਿਣੀਆਂ ਸੀ ਦੇਖੇ ਸੀ ਤੁਸੀਂ? 36 ਵੋਟਾਂ ਗਿਣਨੀਆਂ, ਕਿਵੇਂ ਗਿਣਦਾ ਸੀ ਉਹ? ਜਦੋਂ ਸੁਪਰੀਮ ਕੋਰਟ ਨੇ ਬੁਲਾ ਲਿਆ ਚੰਦਰਚੂੜ ਨੇ, ਕਹਿੰਦੇ ਜਦੋਂ ਟਿੱਕ ਮਾਰਕ ਲਾਉਂਦਾ ਸੀ ਇੱਧਰ ਕੋ ਦੇਖਦਾ ਸੀ? ਉਹ ਕਹਿੰਦਾ ਜੀ ਬਸ ਕਹਿੰਦਾ ਕੈਮਰੇ ਲੱਗੇ ਹੋਏ ਸੀ। ਕਹਿੰਦੇ ਉਹਨੂੰ ਪਤਾ ਲੱਗੇ ਹੋਏ ਸੀ ਤੇ ਫਿਰ ਟਿੱਕ ਮਾਰ ਕਿਉਂ ਕਰਦਾ ਸੀ? ਕਹਿੰਦਾ ਜੀ ਮੈਂ ਤਾਂ ਕਰਦਾ ਸੀ, ਕਹਿੰਦਾ ਵੀ ਉਹ ਖਰਾਬ ਵੋਟਾਂ ਸੀ, ਉਹ ਟਿੱਕ ਮਾਰ ਕਰਕੇ ਮੈਂ ਕਰਦਾ ਸੀ ਵੀ ਕਿਤੇ ਸਹੀ ਵੋਟਾਂ 'ਚ ਨਾ ਗਿਣੀਆਂ ਜਾਣ। ਕਹਿੰਦਾ ਲਿਆ ਵੋਟਾਂ ਲਗਾਏ, ਚੀਫ ਜਸਟਿਸ ਸਾਹਿਬ ਕਹਿੰਦੇ ਦੱਸ ਇਹ 'ਚੋਂ ਕਿਹੜੀ ਖਰਾਬ ਹੈ, ਤੂੰ ਝੂਠ ਬੋਲੇ ਮੇਰੇ ਮੂਹਰੇ ਵੀ ਹੋਣੀ ਅਜੇ ਅੱਧਾ ਘੰਟਾ ਪਹਿਲਾਂ ਹੀ। ਨਾਲੇ ਤਾਂ ਉਹਨਾਂ ਨੇ ਵੋਟਾਂ ਉਹ ਵੈਲਿਡ ਕਰਤੀਆਂ
ਤੇ ਨਾਲੇ ਪਹਿਲੀ ਵਾਰ ਹਿਸਟਰੀ ਚ ਹੋਇਆ ਕਿ ਸੁਪਰੀਮ ਕੋਰਟ ਨੇ ਚੰਡੀਗੜ੍ਹ ਦਾ ਮੇਅਰ ਆਮ ਆਦਮੀ ਪਾਰਟੀ ਦਾ ਡਿਕਲੇਅਰ ਕਰਤਾ ਕਿ ਉਹਨਾਂ ਨੂੰ।